ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਚਲੋ ਜੀ, ਅੱਜ ਤੁਹਾਨੂੰ ਦੁਬਈ ਦੀ ਨਾਈਟ ਲਾਈਫ ਦਿਖਾਈਏ। ਮੈਂ ਕਿਹਾ ਚਲੋ ਘਰ ਬੈਠੇ ਹਾਂ, ਕੀ ਕਰਨਾ, ਘਰ ਬਹਿ ਗਏ, ਅਤੇ ਤੁਹਾਨੂੰ ਫਿਰ ਦੁਬਈ ਦੀ ਨਾਈਟ ਲਾਈਫ ਦਿਖਾਈਏ ਕਿ ਰਾਤ ਨੂੰ ਦੁਬਈ ਕਿਵੇਂ ਦਾ ਲੱਗਦਾ ਜੀ। ਸਲੋ ਸਲੋ ਚੱਲਾਂਗੇ ਕਿਉਂਕਿ ਮਾਜਦ ਭਾਈ ਵੀ ਨਾਲ ਹੈਗੇ ਨੇ ਅਤੇ ਮੈਂ ਸਕੂਟੀ 'ਤੇ ਬੈਠਾ ਵਾਂ, ਉਹ ਨਾਲ ਪੈਦਲ ਤੁਰਨ ਡੇ ਆ। ਅੱਛਾ, ਮੈਂ ਤੁਹਾਨੂੰ ਦੁਬਈ ਦੀਆਂ ਨਾ ਖਾਸ ਖਾਸ ਥਾਵਾਂ ਹਜੇ ਨਹੀਂ ਦਿਖਾ ਰਿਹਾ, ਦਿਖਾਵਾਂਗਾ ਇਨਸ਼ਾਅੱਲਾ ਜ਼ਰੂਰ। ਹਜੇ ਮੈਂ ਤੁਹਾਨੂੰ ਦੁਬਈ ਦੀ ਨਾ ਸਟਰੀਟ ਲਾਈਫ ਦਿਖਾ ਰਿਹਾ ਵਾਂ ਕਿ ਦੁਬਈ ਦੀ ਗਲੀਆਂ 'ਚ ਜ਼ਿੰਦਗੀ ਕਿਹੋ ਜਿਹੀ ਕੀ ਹੈ। ਦੇਖੋ, ਮੇਨ ਥਾਵਾਂ ਦੇ ਉੱਤੇ ਤਾਂ ਉਹੀ ਸਾਰਾ ਕੁਛ, ਹੋਟਲਸ ਔਰ ਟੂਰਿਜ਼ਮ, ਲੇਕਿਨ ਮੇਨ ਅਸਲ ਇਹ ਜਿਹੜੀ ਲਾਈਫ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਨਾ, ਇਹ ਦੁਬਈ ਦੀ ਅਸਲ ਲਾਈਫ ਹੈਗੀ ਹੈ। ਇਸ ਲਈ ਮੈਂ ਜ਼ਰਾ ਜ਼ਿਆਦਾ ਫੋਕਸ ਇਸ ਟਾਈਮ ਦੁਬਈ ਸਟਰੀਟਸ ਦੇ ਵਿੱਚ ਹੀ ਗਾਵੇ। ਇਨਸ਼ਾਅੱਲਾ ਤੁਹਾਨੂੰ ਬਾਕੀ ਵੀ ਥਾਵਾਂ ਜਿਹੜੀਆਂ ਨੇ ਮਸ਼ਹੂਰ, ਉਹ ਵੀ ਦਿਖਾਵਾਂਗਾ। ਲੇਕਿਨ ਇਹ ਇੱਥੇ ਰਾਤ ਨੂੰ ਜਿਹੜਾ ਨਾ ਲਾਈਫ ਇੰਜ ਦੀ ਹੋ ਜਾਂਦੀ ਹੈ। ਬਈ ਲੰਡਾ ਬਾਜ਼ਾਰ ਦਿਖਾਈਏ ਤੁਹਾਨੂੰ ਫਿਰ ਇੱਥੋਂ ਦਾ। ਇਹ ਮੈਂ ਆਪਣੀ ਦਾ ਸਕੂਟੀ ਮੋੜ ਲਵਾਂ ਤਾਂ ਕਿ ਚੰਗੀ ਤਰ੍ਹਾਂ ਫੋਕਸ ਹੋ ਸਕੇ। ਇਹ ਜੀ ਲੰਡਾ ਬਾਜ਼ਾਰ ਪਹਿਲੇ ਵੀ ਤੁਹਾਨੂੰ ਦਿਖਾਇਆ ਅਤੇ ਹੁਣ ਵੀ ਦਿਖਾ ਦਿਆਂ, ਕੋਲੋਂ ਵੀ ਦਿਖਾਉਂਦਾ ਵਾ। ਬੂਟ ਬੜੇ ਬੜੇ ਅੱਛੇ ਪਏ ਹੁੰਦੇ ਜੀ ਇੱਥੇ। ਇਹ ਦੇਖੋ ਜੀ, ਦੁਬਈ ਕਾ ਲੰਡਾ ਬਾਜ਼ਾਰ, 55 ਦਿਰਮ ਓਨਲੀ। ਠੀਕ ਹੈ ਜੀ, ਲੈ ਸਕਦੇ ਹੋ ਤੁਸੀਂ ਇੱਥੋਂ ਆ ਕੇ। ਪਰ 55 ਦਿਰਮ ਦੇ ਬੂਟ ਲੈ ਇੱਥੋਂ ਲੈਣ ਆਉਣਾ, ਇੰਨਾ ਖਰਚਾ ਕਰਕੇ ਕੁਛ ਮਹਿੰਗਾ ਨਹੀਂ ਪੈ ਜਾਏਗਾ ਥੋੜ੍ਹਾ ਜਿਹਾ? ਮੇਰਾ ਹਾਲ ਉੱਥੋਂ ਹੀ ਲੈ ਲਏ ਜਾਣ। ਉਹ ਸਹੀ ਕੰਨ ਟੁੱਟੇ ਬਣੇ ਹੈ ਜੀ। ਇਹ ਵਾਲੀ ਅਸੀਂ ਇੱਧਰੋਂ ਲੰਘੇ ਨੀ, ਉਹ ਜਿਹੜਾ ਲੰਡਾ ਬਾਜ਼ਾਰ ਆਉਂਦਾ ਹੈਗਾ, ਅੱਛਾ ਪਰਲੇ ਪਾਸੇ ਵਾਲੀ ਸੜਕ। ਅੱਛਾ, ਉਹ ਜੇ ਸਾਰਾ ਦਿਨ ਕੰਮ ਕਰ ਕਰਕੇ ਲੋਕ ਥੱਕ ਥੁੱਕ ਕੇ ਰਾਤ ਨੂੰ ਇੱਥੇ ਆ ਗਏ, ਸਾਈਡਾਂ ਦੇ ਫੁੱਟਪਾਥਾਂ 'ਤੇ ਬਹਿ ਜਾਂਦੇ ਆ। ਅਤੇ ਇਹੀ ਜ਼ਿੰਦਗੀ ਚੱਲ ਰਹੀ ਹੈ ਦੁਬਈ ਦੇ ਵਿੱਚ, ਬੜੀ ਫਾਸਟ ਲਾਈਫ ਹੈ। ਦਿਨਾਂ ਦਾ ਪਤਾ ਨਹੀਂ ਲੱਗ ਰਿਹਾ, ਇੱਕ ਹਫ਼ਤਾ ਹੋ ਗਿਆ ਮੈਨੂੰ ਉੱਥੇ ਆਏ, ਔਰ ਬਲਕਿ ਇੱਕ ਹਫ਼ਤਾ ਵੀ ਨਹੀਂ, 9 ਦਿਨ ਹੋ ਗਏ ਨੇ। ਔਰ ਟਾਈਮ ਦਾ ਜਿਹੜਾ ਬਿਲਕੁਲ ਵੀ ਅਹਿਸਾਸ ਨਹੀਂ ਹੋ ਰਿਹਾ ਕਿ ਟਾਈਮ ਕਿਵੇਂ ਲੰਘਣ ਡਿਆ। ਕੈਮਰਾ ਬੰਦ ਕਰਕੇ ਦੋਵਾਂ ਜਾ ਕੇ ਔਨ ਕਰਨੇ। ਤੋ ਜੀ, ਇਹ ਇੱਕ ਸਾਹਮਣੇ ਸਾਈਕਲਾਂ ਦੀ ਦੁਕਾਨ ਹੈ, ਤੁਹਾਨੂੰ ਦਿਖਾਉਣਾ ਵਾ। ਇੱਥੇ ਮੋਟਰਸਾਈਕਲਾਂ ਦੀ ਘੱਟ ਅਤੇ ਸਾਈਕਲਾਂ ਸੁਕਲਾਂ ਦੀਆਂ ਦੁਕਾਨਾਂ ਬਹੁਤੀਆਂ ਨੇ, ਕਿਉਂਕਿ ਇੱਕ ਤਾਂ ਸਸਤੀ ਹੈ, ਉਹਨਾਂ ਦਾ ਲਾਇਸੈਂਸ ਸਸਤੀ ਤਾਂ ਐਡੀ ਤਾਂ ਨਹੀਂ, ਖੈਰ ਪਾਕਿਸਤਾਨੀ 1,70,000 ਰੁਪਏ ਦੀ ਪਈ ਹੈ ਸਾਨੂੰ ਇਹ ਵਾਲੀ ਵੀ। ਅਤੇ ਇਹ ਹੈ ਕਿ ਇਹਦਾ ਲਾਇਸੈਂਸ ਨਹੀਂ ਹੈਗਾ ਨਾ, ਅਤੇ ਹਰ ਬੰਦਾ ਇਹਨੂੰ ਚਲਾ ਸਕਦਾ ਵੇ।
ਜਦੋਂ ਮੋਟਰਸਾਈਕਲ ਜਾਂ ਗੱਡੀ ਵਾਸਤੇ ਤੁਹਾਨੂੰ ਪੂਰਾ ਪ੍ਰੋਪਰ ਇੱਕ ਲਾਇਸੈਂਸ ਲੈਣਾ ਪੈਂਦਾ, ਔਰ ਲਾਇਸੈਂਸ ਲੈਣਾ ਇੱਥੇ ਜਿਹੜਾ ਬੜਾ ਔਖਾ ਕੰਮ ਹੈ। ਲਾਇਸੈਂਸ ਮਿਲ ਜਾਵੇ ਤਾਂ ਹੋਰ ਕੀ ਚਾਹੀਦਾ ਜੀ, ਇੱਥੇ ਫਿਰ ਪੇੜ ਦੀ ਜ਼ਿੰਦਗੀ ਚੇਂਜ ਹੋ ਜਾਂਦੀ ਹੈ ਨਾ। ਦੋ ਸੌ ਨੈਸ਼ਨੈਲਿਟੀਜ਼ ਦੁਬਈ ਦੇ ਵਿੱਚ ਵੱਸਦੇ ਆ ਭਾਅ ਜੀ, ਯਾਨੀ ਕਿ 200 ਜ਼ੁਬਾਨਾਂ ਇੱਥੇ ਬੋਲੀਆਂ ਜਾਂਦੀਆਂ, ਔਰ ਹਰ ਬੰਦਾ ਆਪਣੀ ਇੱਕ ਵੱਖਰੀ ਦੁਨੀਆ ਵਿਖਾ ਕੇ ਬੈਠਾ ਇੱਥੇ। ਕੋਈ ਕਿਸੇ ਨੂੰ ਕਿਸੇ ਦੀ ਜ਼ਿੰਦਗੀ ਦਖਲ ਦੇਣ ਦਾ ਟਾਈਮ ਹੀ ਨਹੀਂ ਹੈਗਾ। ਲਓ ਜੀ, ਮੋਡੀਫਾਈਡ ਸਕੂਟੀ ਚੈੱਕ ਕਰੋ, ਇਹਨੇ ਭਰਾ ਨੇ ਪੂਰੀ ਮੋਟਰਸਾਈਕਲ ਬਣਾਈ ਆ। ਦੁਬਈ ਮੈਟਰੋ ਸਟੇਸ਼ਨ, ਮੈਟਰੋ ਫਲਪੀਨੇ ਮੈਟਰੋ ਕਹਿੰਦੇ ਨੇ ਭਾਅ ਜੀ, ਮੈਂ ਉਹਨੇ ਜ਼ੁਬਾਨ 'ਚ ਬੋਲਿਆ। ਮੈਂ ਕਿਹਾ ਪਿੱਛੋਂ ਦਾ ਵੀ ਗੇੜਾ ਕਰਾ ਦਈਏ ਤੁਹਾਨੂੰ। ਅਸੀਂ ਜਾਣਾ ਹੀ ਪਿੱਛੇ ਸੀ, ਲੇਕਿਨ ਇੱਧਰੋਂ ਕਰੋਸਿੰਗ ਕਿੱਥੋਂ ਹੋਏਗੀ, ਅੱਗੋਂ ਹੀ ਜਾਣਾ ਪੈਣਾ ਭਾਅ ਜੀ ਸਾਨੂੰ, ਉੱਥੇ ਤਾਂ ਕਰੋਸਿੰਗ ਹੀ ਨਹੀਂ ਜਾਏਗੀ। ਅਸੀਂ ਦੋ ਦਫ਼ਾ ਮੁੜੇ ਹਾਂ, ਲੇਕਿਨ ਹੈਗੀ ਕਰੋਸਿੰਗ, ਹੈਗੀ ਹੈਗੀ ਹੈਗੀ। ਸਾਨੂੰ ਲੱਗਾ ਜਿਵੇਂ ਕਰੋਸਿੰਗ ਪਿੱਛੇ ਹੈਗੀ ਅਤੇ ਅਸੀਂ ਉੱਧਰੋਂ ਮੁੜ ਗਏ, ਲੇਕਿਨ ਅਸਲ 'ਚ ਕਰੋਸਿੰਗ ਹੈਗੀ ਸੀ। ਤੇਲ ਚੁੱਕੀ ਨਾ, ਸਿਨਾ ਸਿਨਾ ਲੈ ਲਓ।
ਅਮਾਂਦਰ ਹੋ ਗਿਆ ਮੱਝ ਤਾਂ ਭਾਈ ਕਿੱਧਰ ਗਏ ਨੇ? ਅੱਛਾ ਮਾਜਦ ਭਾਈ ਅੱਗੇ ਚਲੇ ਗਏ ਨੇ, ਮੈਂ ਪਿੱਛੇ ਲੱਭ ਰਿਹਾ ਸਾਂ। ਉਹਦੇ ਬਿਲਡਿੰਗ ਕਰਾ ਕੇ ਲਿਆ ਕੇ ਜਾਵਾਂਗੇ। ਉਹ ਤਾਂ ਚਲੀ ਜਾਏਗੀ ਉੱਥੇ, ਨਹੀਂ ਮੈਂ ਕਿਹਾ ਚਲੀ ਜਾਏਗੀ ਬਿਲਡਿੰਗ ਕਰਾ ਕੇ। Thank you.
ਦਾ ਬਿਜ਼ਨਸ ਹੈ।
ਲਓ ਜੀ, ਇਹ ਸੀ ਦੁਬਈ ਦੀ ਨਾਈਟ ਲਾਈਫ ਜਿਹੜੀ ਮੈਂ ਥੋੜ੍ਹੀ ਕੁ ਤੰਦ ਖਾਈ ਹੈ, ਔਰ ਦੁਬਈ ਦੀ ਗਲੀਆਂ ਦੇ ਵਿੱਚ ਰਾਤ ਦੇ ਟਾਈਮ ਕੀ ਹੁੰਦਾ, ਇਹੀ ਸਭ ਕੁਛ ਹੈਗਾ ਵੇ। ਔਰ ਇਨਸ਼ਾਅੱਲਾ ਮਜ਼ੀਦ ਤੁਹਾਨੂੰ ਹੋਰ ਦਿਖਾਉਂਦਾ ਰਹਾਂਗਾ। ਇਹਦੇ ਨਾਲ ਹੀ ਵੀਡੀਓ ਉੱਥੇ ਖਤਮ ਕਰਨੀ ਹੈ। ਵੀਡੀਓ ਪਸੰਦ ਆਏ ਤਾਂ ਸ਼ੇਅਰ, ਲਾਈਕ ਅਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ, ਔਰ ਮੈਨੂੰ ਦੁਆਵਾਂ 'ਚ ਯਾਦ ਰੱਖਣਾ। ਇਨਸ਼ਾਅੱਲਾ ਮਿਲਣੇ ਇੱਕ ਨਈ ਵੀਡੀਓ ਦੇ ਵਿੱਚ, ਤਦ ਤੱਕ ਲਈ ਅੱਲਾ ਹਾਫਿਜ਼।